सत श्री अकाल फैक्ट न्यूज उत्ते प्रोग्राम कुछ खास गल्लां दे विच तुहाडा स्वागत है। जिवें कि आपां सारे जाणदे आ कि गुड़ दे साडी सेहत नूं बहुत लाभ हुंदे ने। सर्दियां दा मौसम है तां लोक गुड़ खाणा बेहद पसंद करदे ने, पर की तुसीं जाणदे हो कि लोक इस नूं अपनी चमड़ी दे उत्ते वी लगाउंदे ने, स्किन नूं वी। गुड़ दे कई फायदे ने, तुसीं शायद सुन के हैरान रह गए होवोगे, पर इह वाकई सच्चाई है। गुड़ दे कई तरहां दे फेस पैक बना के लगाए जांदे ने, ਤਾਂ ਅੱਜ ਉਹਨਾਂ ਬਾਬਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਤਾਂ ਪੌਸ਼ਟਿਕ ਗੁਣਾਂ ਨਾਲ ਭਰਪੂਰ ਗੁੜ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਖਾਣ ਦੇ ਵਿੱਚ ਤਾਂ ਇਹ ਸਵਾਦੀ ਹੁੰਦਾ ਹੀ ਆ, ਇਸ ਦੇ ਵਿੱਚ ਆਇਰਨ, ਪੋਟਾਸ਼ੀਅਮ, ਜ਼ਿੰਕ, ਕਪਾਰ ਅਤੇ ਹੋਰ ਕਈ ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਨੇ ਜਿਹੜੇ ਸਾਡੀ ਸਿਹਤ ਲਈ ਜ਼ਰੂਰੀ ਹੁੰਦੇ ਨੇ। ਪਰ ਗੁੜ ਦੀ ਵਰਤੋਂ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਵੀ ਹੱਲ ਕਰਦੀ ਹੈ। ਇਹ ਚਿਹਰੇ ਉੱਤੇ ਧੱਬਿਆਂ ਅਤੇ ਬੁਢਾਪੇ ਦੀ ਪ੍ਰਕਿਰਿਆ ਨੂੰ ਵੀ ਹੌਲੀ ਕਰਦਾ ਹੈ। ਇਸ ਦੇ ਨਾਲ ਇਹਦੇ ਵਿੱਚ ਮੌਜੂਦ ਵਿਟਾਮਿਨ ਨੇ ਜਿਹੜੇ ਉਹ ਸਕਿਨ ਨੂੰ ਸਿਹਤਮੰਦ ਰੱਖਣ ਦੇ ਵਿੱਚ ਮਦਦਗਾਰ ਹੁੰਦੇ ਨੇ। ਤੁਹਾਨੂੰ ਦੱਸਦੇ ਹਾਂ ਕਿ ਗੁੜ ਦੇ ਨਾਲ ਕਿਹੜੇ ਕਿਹੜੇ ਫੇਸ ਪੈਕ ਨੇ ਜਿਹੜੇ ਉਹ ਬਣਾਏ ਜਾ ਸਕਦੇ ਨੇ। ਤਾਂ ਪਹਿਲਾਂ ਆਉਂਦਾ ਹੈ ਗੁੜ ਅਤੇ ਨਿੰਬੂ ਦਾ ਫੇਸ ਪੈਕ। ਇਸ ਨੂੰ ਬਣਾਉਣ ਦੇ ਲਈ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਗੁੜ ਦਾ ਪਾਊਡਰ ਲਓ ਅਤੇ ਉਸਦੇ ਵਿੱਚ ਨਿੰਬੂ ਦਾ ਰਸ, ਇੱਕ ਚੁਟਕੀ ਹਲਦੀ ਮਿਲਾਓ ਅਤੇ ਇਸਦੇ ਮਿਸ਼ਰਣ ਨੂੰ ਪੇਸਟ ਬਣਾ ਕੇ ਚਿਹਰੇ ਉੱਤੇ ਚੰਗੀ ਤਰ੍ਹਾਂ ਲਗਾਓ। ਸੁੱਕਣ ਤੋਂ ਬਾਅਦ ਪਾਣੀ ਨਾਲ ਇਸ ਨੂੰ ਧੋ ਲਓ। ਤਾਂ ਇਸ ਫੇਸ ਪੈਕ ਦੀ ਵਰਤੋਂ ਕਰਨ ਦੇ ਨਾਲ ਚਿਹਰੇ ਉੱਤੇ ਝੂਰੀਆਂ ਨੇ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ। ਅਤੇ ਦੂਜਾ ਫੇਸ ਪੈਕ ਆਉਂਦਾ ਹੈ ਗੁੜ ਅਤੇ ਟਮਾਟਰ ਦਾ ਫੇਸ ਪੈਕ। ਅਗਰ ਤੁਸੀਂ ਮੁਹਾਸਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਇਸ ਫੇਸ ਪੈਕ ਨੂੰ ਅਜ਼ਮਾ ਕੇ ਦੇਖਣਾ ਚਾਹੀਦਾ ਹੈ। ਇਸ ਨੂੰ ਬਣਾਉਣ ਦੇ ਲਈ ਗੁੜ ਦੇ ਪਾਊਡਰ ਵਿੱਚ ਟਮਾਟਰ ਦਾ ਰਸ ਮਿਲਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। ਤਾਂ ਇਸ ਫੇਸ ਪੈਕ ਨੂੰ ਚਿਹਰੇ ਉੱਤੇ ਲਗਾਉਣ ਤੋਂ ਕੁਝ ਦੇਰ ਬਾਅਦ ਇਸ ਨੂੰ ਸਾਫ਼ ਕਰ ਲਓ। ਅਜਿਹਾ ਰੈਗੂਲਰ ਤੌਰ 'ਤੇ ਕਰਨ ਨਾਲ ਤੁਹਾਨੂੰ ਯਕੀਨੀ ਇਸ ਦਾ ਫਾਇਦਾ ਮਿਲੇਗਾ। ਤਾਂ ਚੌਥਾ ਫੇਸ ਪੈਕ ਆਉਂਦਾ ਹੈ ਗੁੜ ਅਤੇ ਗੁਲਾਬ ਜਲ ਦਾ ਫੇਸ ਪੈਕ। ਇਸ ਦੇ ਵਿੱਚ ਗੁੜ ਅਤੇ ਗੁਲਾਬ ਜਲ ਨੂੰ ਮਿਲਾਇਆ ਜਾਂਦਾ ਹੈ ਜਿਹੜਾ ਕਿ ਚਿਹਰੇ ਦੀਆਂ ਝੂਰੀਆਂ ਅਤੇ ਫਾਈਨ ਲਾਈਨਸ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ। ਇਸ ਫੇਸ ਪੈਕ ਨੂੰ ਬਣਾਉਣ ਦੇ ਲਈ ਇੱਕ ਚਮਚ ਗੁੜ ਦਾ ਪਾਊਡਰ ਲਓ, ਇਸ ਦੇ ਵਿੱਚ ਗੁਲਾਬ ਜਲ ਮਿਲਾ ਲਓ ਅਤੇ ਇਸ ਫੇਸ ਪੈਕ ਨੂੰ ਚਿਹਰੇ ਉੱਤੇ ਲਗਾਓ। 15 ਤੋਂ 20 ਮਿੰਟ ਦੇ ਇੰਤਜ਼ਾਰ ਤੋਂ ਬਾਅਦ ਇਸ ਨੂੰ ਸਾਫ਼ ਪਾਣੀ ਦੇ ਨਾਲ ਧੋ ਲਓ। ਤੁਸੀਂ ਇਸ ਫੇਸ ਪੈਕ ਦੀ ਵਰਤੋਂ ਆ ਜਿਹੜੀ ਹਫ਼ਤੇ ਵਿੱਚ 2 ਵਾਰ ਕਰ ਸਕਦੇ ਹੋ। ਇਸੇ ਤਰ੍ਹਾਂ ਹੁਣ ਅਗਲਾ ਫੇਸ ਪੈਕ ਹੈ ਗੁੜ ਅਤੇ ਸ਼ਹਿਦ ਦਾ ਫੇਸ ਪੈਕ। ਤਾਂ ਸ਼ਹਿਦ ਕੁਦਰਤੀ ਮੋਇਸਚਰਾਈਜ਼ਰ ਹੁੰਦਾ ਹੈ, ਇਸ ਦੀ ਵਰਤੋਂ ਨਾਲ ਸਕਿਨ ਵਿੱਚ ਨਿਖਾਰ ਆਉਂਦਾ ਹੈ। ਇੱਕ ਛੋਟੇ ਕਟੋਰੇ ਵਿੱਚ ਸ਼ਹਿਦ ਅਤੇ ਗੁੜ ਮਿਲਾ ਕੇ ਪੇਸਟ ਬਣਾ ਲਓ ਅਤੇ ਗਾੜ੍ਹੇ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾਓ। ਤਾਂ ਤੁਹਾਡੀ ਸਕਿਨ ਨੂੰ ਇਸ ਦੇ ਕਈ ਤਰ੍ਹਾਂ ਦੇ ਫਾਇਦੇ ਨੇ ਜਿਹੜੇ ਉਹ ਹੋਣਗੇ। ਤਾਂ ਅੱਜ ਤੁਹਾਨੂੰ ਗੁੜ ਦੇ ਬਾਬਤ ਨਵੀਂ ਜਾਣਕਾਰੀ ਦਿੱਤੀ ਹੈ। ਤੁਸੀਂ ਖਾਣ ਦੇ ਨਾਲ ਨਾਲ ਇਸ ਨੂੰ ਆਪਣੀ ਸੁੰਦਰਤਾ ਵਧਾਉਣ ਦੇ ਲਈ ਵੀ ਇਸਤੇਮਾਲ ਕਰ ਸਕਦੇ ਹੋ, ਜਿਸ ਦੇ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਹੋਣਗੇ। ਮੁਹਾਸੇ, ਫਿਣਸੀਆਂ ਅਤੇ ਝੂਰੀਆਂ ਨੂੰ ਲੈ ਕੇ ਤੁਹਾਨੂੰ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਜਿਹੜੇ ਉਹ ਹੋਣਗੇ। ਸੋ ਕਿਵੇਂ ਲੱਗੀ ਇਹ ਜਾਣਕਾਰੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਕੱਲ੍ਹ ਫਿਰ ਤੋਂ ਕੁਝ ਖਾਸ ਗੱਲਾਂ ਦੇ ਵਿੱਚ ਇੱਕ ਖਾਸ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ।